ਤਰਨ ਤਾਰਨ ਵਿੱਚ ਵਿਧਾਇਕ ਦੇ PA ਅਤੇ ਸਾਥੀਆਂ ਵੱਲੋਂ ਸ਼ਰੇਆਮ ਗੁੰਡਾਗਰਦੀ। ਬੰਦੀ ਬਣਾ ਕੇ ਆਪਣੇ ਦਫ਼ਤਰ ਵਿੱਚ ਨੰਗਾ ਕਰਕੇ ਕੀਤੀ ਗਈ ਪੱਤਰਕਾਰਾਂ ਦੀ ਵਹਿਸ਼ਿਆਣੀ ਕੁੱਟਮਾਰ। ਜ਼ਬਰਦਸਤੀ ਮੂੰਹ ਵਿੱਚ ਸ਼ਰਾਬ ਪਾ ਕੇ ਗਨ ਪੁਆਇੰਟ 'ਤੇ ਬਣਾਈ ਗਈ ਵੀਡੀਓ। ਵਿਧਾਨ ਸਭਾ ਹਲਕਾ ਤਰਨ ਤਾਰਨ ਵਿੱਚ ਹਲਕਾ ਵਿਧਾਇਕ ਕਸ਼ਮੀਰ ਸਿੰਘ ਸੋਹਲ ਦੀ ਸ਼ਹਿ 'ਤੇ ਉਹਨਾਂ ਦੇ PA ਕੋਮਲਪ੍ਰੀਤ ਸਿੰਘ ਅਤੇ ਹੋਰ ਸਾਥੀਆਂ ਪ੍ਰਦੀਪ ਸਿੰਘ ਵੱਲੋਂ ਆਪਣੇ ਗੁੰਡਿਆਂ ਨਾਲ ਮਿਲ ਕੇ ਪੱਤਰਕਾਰ ਵਿਜੇ ਕੁਮਾਰ ਦੀ ਵਹਿਸ਼ਿਆਣਾ ਕੁੱਟਮਾਰ ਕਰਨ, ਬੰਦੂਕ ਦੀ ਨੋਕ 'ਤੇ ਵੀਡੀਓ ਬਣਾਉਣ ਅਤੇ ਜ਼ਬਰਦਸਤੀ ਮੂੰਹ ਵਿੱਚ ਸ਼ਰਾਬ ਪਾਉਣ ਅਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਸਮਾਚਾਰ ਸਾਹਮਣੇ ਆਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੱਤਰਕਾਰ ਵਿਜੇ ਕੁਮਾਰ ਨੇ ਦੱਸਿਆ ਕਿ 1 ਜਨਵਰੀ 2024 ਨੂੰ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਫੋਨ ਤੋਂ ਪ੍ਰਦੀਪ ਸਿੰਘ PA ਨੇ ਗੱਲਬਾਤ ਕਰਕੇ ਕਿਹਾ ਕਿ ਦਫ਼ਤਰ ਆ ਜਾਓ, ਤੁਹਾਨੂੰ MLA ਸਾਹਿਬ ਬੁਲਾ ਰਹੇ ਹਨ। ਜਿਸ ਤੋਂ ਬਾਅਦ ਮੈਂ ਉਹਨਾਂ ਦੇ ਦਫ਼ਤਰ ਚਲਾ ਗਿਆ, ਜਿੱਥੇ ਉਹਨਾਂ ਦੇ PA ਕੋਮਲਪ੍ਰੀਤ ਸਿੰਘ ਅਤੇ PA ਹੋਰ ਪ੍ਰਦੀਪ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਮੈਨੂੰ ਬੰਦੀ ਬਣਾ ਲਿਆ ਅਤੇ ਮੇਰੀ ਵਹਿਸ਼ਿਆਣਾ ਤਰੀਕੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਜ਼ਬਰਦਸਤੀ ਮੇਰੇ ਮੂੰਹ ਵਿੱਚ ਸ਼ਰਾਬ ਪਾਈ ਗਈ। ਜਦਕਿ ਮੈਂ ਕੋਈ ਵੀ ਨਸ਼ਾ ਨਹੀਂ ਕਰਦਾ ਕਿਉਂਕਿ ਮੈਂ ਨਾਮਦਾਨ ਲਿਆ ਹੋਇਆ ਹੈ ਅਤੇ ਬਾਅਦ ਵਿੱਚ ਬੰਦੂਕ ਦੀ ਨੋਕ 'ਤੇ ਮੇਰੀ ਕਬੂਲਿਆ ਵੀਡੀਓ ਬਣਾਈ ਗਈ। ਵਿਜੇ ਕੁਮਾਰ ਨੇ ਦੱਸਿਆ ਕਿ ਉਕਤ ਵੱਲੋਂ ਉਸਨੂੰ ਧਮਕੀ ਦਿੱਤੀ ਗਈ ਕਿ ਜੇਕਰ ਅੱਗੇ ਤੋਂ ਤੂੰ MLA ਖਿਲਾਫ਼ ਕੋਈ ਖਬਰ ਕਵਰ ਕੀਤੀ ਤਾਂ ਤੈਨੂੰ ਜਾਨ ਤੋਂ ਮਾਰ ਦੇਵਾਂਗੇ। ਉਹਨਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨਾਮ SSP ਤਰਨ ਤਾਰਨ ਨੂੰ ਸ਼ਿਕਾਇਤ ਦੇ ਕੇ ਇਨਸਾਫ਼ ਦੀ ਮੰਗ ਕੀਤੀ ਹੈ। ਦੂਸਰੇ ਪਾਸੇ PA ਕੋਮਲਪ੍ਰੀਤ ਸਿੰਘ ਨਾਲ ਫੋਨ 'ਤੇ ਗੱਲਬਾਤ ਕੀਤੀ ਤਾਂ ਉਹਨਾਂ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ। ਇਸ ਸੰਬੰਧੀ ਪੱਤਰਕਾਰ ਯੂਨੀਅਨ ਦੇ ਸਰਪ੍ਰਸਤ ਤਰਸੇਮ ਸਿੰਘ ਭੋਪਾਲ ਨੇ ਪੱਤਰਕਾਰ 'ਤੇ ਹੋਏ ਹਮਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਜੇਕਰ ਇੱਕ ਹਫ਼ਤੇ ਅੰਦਰ ਇਨਸਾਫ ਨਾ ਮਿਲਿਆ ਤਾਂ ਪੰਜਾਬ ਪੱਧਰ 'ਤੇ ਪੱਤਰਕਾਰ ਭਾਈਚਾਰੇ ਨੂੰ ਲਾਮਬੰਦ ਕਰਕੇ ਜ਼ੋਰਦਾਰ ਧਰਨੇ ਮੁਜ਼ਾਹਰੇ ਕੀਤੇ ਜਾਣਗੇ। ਸੋਨੂੰ ਫਤਿਹਾਬਾਦ ਦੀ ਵਿਸ਼ੇਸ਼ ਰਿਪੋਰਟ। ਹਾਂਜੀ ਵੀਰ ਜੀ, ਕੀ ਨਾਮ ਤੁਹਾਡਾ? ਮੇਰਾ ਨਾਮ ਵਿਜੇ ਕੁਮਾਰ ਹੈ ਜੀ। ਵਿਜੇ ਕੁਮਾਰ ਜੀ, ਕੀ ਗੱਲ ਅੱਜ ਦਫ਼ਤਰ ਆਏ? ਇਹ ਗੱਲ ਇੱਦਾਂ ਜੀ, ਮੈਂ ਨਾ ਸਪਲੀਮੈਂਟ ਸੀ ਅਤੇ ਨਵੇਂ ਸਾਲ ਦਾ ਕਰਨਾ ਸੀ ਅਤੇ ਮੈਂ MLA ਸਾਹਿਬ ਨੂੰ ਪਹਿਲਾਂ ਸਵੇਰੇ ਮਿਲਿਆ, ਉਹ ਦਫ਼ਤਰ ਦੇ ਅੰਦਰ ਬੈਠੇ ਸੀ। ਉਸ ਤੋਂ ਬਾਅਦ ਮੈਨੂੰ 4:10 'ਤੇ ਮੈਨੂੰ ਫੋਨ ਆਇਆ ਵਾ MLA ਦੇ ਫੋਨ ਤੋਂ, ਅਤੇ ਪ੍ਰਦੀਪ PA ਸੀ, ਉਹਨਾਂ ਨੇ ਬੁਲਾਇਆ ਕਿ ਤੁਸੀਂ ਜਿਹੜਾ ਵਾ ਉਹ ਆ ਜਾਓ ਅਤੇ ਬਾਕੀ ਵੀ ਪੱਤਰਕਾਰ ਆਏ ਨੇ ਉਹਨਾਂ ਦੇ ਨਾਲ ਹੀ, ਤੁਹਾਨੂੰ ਵੀ ਮਿਲ ਜਾਂਦਾ। ਅਤੇ ਮੈਂ ਫਿਰ ਇਸ ਕਰਕੇ ਮੈਨੂੰ ਬੁਲਾਇਆ ਗਿਆ ਅਤੇ ਮੈਂ ਉੱਥੇ ਚਲਾ ਗਿਆ। ਜਾਣ ਤੋਂ ਬਾਅਦ ਜਿਹੜਾ ਕਿ ਮੈਨੂੰ ਅੰਦਰ ਕਹਿੰਦੇ ਬੈਠ ਜਾਓ, ਇੱਥੇ ਆਹ ਕਮਰੇ ਇੱਕ VIP ਕਮਰਾ ਸੀ, ਉੱਥੇ ਬਿਠਾ ਦਿੱਤਾ ਗਿਆ। ਬਿਠਾਉਣ ਤੋਂ ਬਾਅਦ ਕੁਛ ਹੀ 15-20 ਮਿੰਟਾਂ ਬਾਅਦ ਮੈਨੂੰ ਨਾ ਅੰਦਰ ਮੇਰਾ ਮੋਬਾਈਲ ਖੋਲਿਆ ਅਤੇ ਅੰਦਰ ਹੌਲੀ ਹੌਲੀ ਕਰਦੇ 4-5 ਬੰਦੇ ਅੰਦਰ ਆ ਗਏ, 2 ਖੁਦ PA ਆਪ ਸੀ। ਤਾਂ ਉਹਨਾਂ ਵੱਲੋਂ ਮੇਰੇ ਉੱਤੇ ਕਾਫੀ ਮੇਰੀ ਪਹਿਲਾਂ ਖਿੱਚਤੂ ਕੀਤੀ ਗਈ, ਮੋਬਾਈਲ ਕਾਬੂ ਕਰ ਲਿਆ, ਫਿਰ ਮੇਰੀ ਉਹਨਾਂ ਨੇ ਕੁੱਟਮਾਰ ਕੀਤੀ, ਵੀਡੀਓ ਬਣਾਈ। ਅਤੇ ਉਹਦੇ ਵਿੱਚ ਰਮਨ ਸੂਦ ਸੀ ਜਿਹੜਾ, ਉਹ ਉਹਦੇ ਖਿਲਾਫ਼ ਕਹਿੰਦਾ ਬੋਲ ਇਹਨੇ ਸਾਨੂੰ ਤੰਗ ਕੀਤਾ ਹੈ ਤਾਂ ਵੀਡੀਓ ਬਣਾਏਗਾ। ਮੈਂ ਕਿਹਾ ਸਾਰਾ ਉਹ ਬੰਦਾ ਬਹੁਤ ਵਧੀਆ, ਇਹੋ ਜਿਹੀ ਗੱਲ ਕੋਈ ਨਹੀਂ ਗੀ, ਨਹੀਂ ਤੈਨੂੰ ਬੋਲਣਾ ਪਏਗਾ। ਮੈਨੂੰ ਕੁੱਟਮਾਰ ਕਰਕੇ ਮੇਰੀ ਵੀਡੀਓ ਬਣਾਈਆਂ 2-3 ਇਹਨਾਂ ਨੇ, ਅਤੇ ਉਸ ਤੋਂ ਬਾਅਦ ਉਹਨੂੰ ਵੀ ਕੁਛ ਘੰਟੇ 1.25 ਘੰਟੇ ਬਾਅਦ ਬੁਲਾਇਆ ਗਿਆ। ਜਦੋਂ ਉਹਨੇ ਮੈਨੂੰ ਵੇਖਿਆ ਤਾਂ ਅਚਾਨਕ ਉਹ ਵੀ ਹੱਕਾ ਬੱਕਾ ਰਹਿ ਗਿਆ ਕਿ ਇਹ ਇੱਥੇ ਅਜੇ ਤੱਕ ਬੈਠਾ ਵਾ। ਅਤੇ ਉਸ ਤੋਂ ਬਾਅਦ ਇਹਨਾਂ ਨੇ ਉਹਨੂੰ ਵੀ ਉਹਦੇ ਕੋਲ ਕੁਛ ਲੈਟਰ ਲਿਖਾਏ ਕਿ 50,000 ਰੁਪਈਆ ਵਿਜੇ ਨੂੰ ਤੋਂ ਦਿੱਤਾ ਸੀ, ਆਹ ਵੇਖੋ ਬੋਲਿਆ ਵਾ। ਅਤੇ ਉਹਨੇ ਵੀ ਕਿਹਾ ਕਿ ਮੈਂ ਕੋਈ ਪੈਸਾ ਨਹੀਂ ਇਹਨੂੰ ਦਿੱਤਾ, ਨਾ ਇਹਨੇ ਮੇਰੇ ਤੋਂ ਲਿਆ ਵਾ। ਬੰਦਾ ਉਹ ਬਹੁਤ ਵਧੀਆ ਸੀ ਸਰ, ਉਹ ਬਹੁਤ ਇਮਾਨਦਾਰ ਵਾ। ਅਤੇ ਇਹਨਾਂ ਨੇ ਜੋ ਕੁਛ ਕੀਤਾ ਵਾ, ਗਨ ਪੁਆਇੰਟ ਵੀ ਇਹਨਾਂ ਕੋਲ, ਪਿਸਤੌਲ ਸੀ ਇਹਨਾਂ ਕੋਲ, ਪਿਸਤਲ ਵੀ ਸੀ, ਉਹ ਚੀਜ਼ਾਂ ਜਿਹੜੀਆਂ ਸੀ, ਮੈਂ ਬੜਾ ਹੈਰਾਨ ਅਤੇ ਪਰੇਸ਼ਾਨ ਹੋ ਗਿਆ। ਇਕੱਲਾ ਸੀ ਅਤੇ 5 ਜਣੇ ਮੈਨੂੰ ਘੇਰ ਕੇ ਮੇਰੀ ਕੁੱਟਮਾਰ ਕੀਤੀ, ਵੀਡੀਓ ਬਣਾਈਆਂ। ਅੱਜ ਤੋਂ ਬਾਅਦ ਜੇ ਤੁਹਾਡੇ ਹੋਰ ਵੀ ਪੱਤਰਕਾਰ ਹੈਗੇ ਜਿਹਨਾਂ ਨੂੰ ਸੋਧਣਾ, ਅਜੇ ਤੇਰੀ ਵਾਰੀ ਆਈ ਹੈ, ਬਾਕੀਆਂ ਦੀ ਵਾਰੀ ਵੀ ਅਜੇ ਹੈਗੀ ਆ। ਅਤੇ ਗੁਰਦੇਵ ਸਿੰਘ ਸੰਧੂ ਸੀ ਉਹਦੇ ਬੋਰਡ ਸੀ, ਤੇਰੀ ਬੜੀ ਨੇੜਤਾ ਵਾ ਉਹਦੇ ਨਾਲ,
ਤੇਰੀ ਲਾਖਨੇ ਨਾਲ ਬੜੀ ਨੇੜਤਾ ਵਾ, ਹੋਰ ਬੈਡਵਾਲ ਨਾਲ ਬੜੀ ਤੇਰੀ ਨੇੜਤਾ ਵਾ, ਤੇ ਸਾਨੂੰ ਤੂੰ ਉਹਨਾਂ ਦੇ ਖਿਲਾਫ ਜਿਹੜਾ ਵਾ ਵੀਡੀਓ ਬਣਾ ਕੇ ਭੇਜਣੀਆਂ ਵਾ, ਤੇ ਯਾਦ ਰੱਖ ਲਈ, ਨਹੀਂ ਤੇ ਤੇਰਾ ਹਰਸ਼ ਬਹੁਤ ਮਾੜਾ ਹੋਵੇਗਾ, ਮਾਰ ਦਿੱਤਾ ਜਾਵੇਗਾ ਤੈਨੂੰ, ਤੇਰੇ ਪਰਿਵਾਰ ਨੂੰ, ਮਤਲਬ ਕਾਫੀ ਜ਼ਿਆਦਾ ਮੇਰੇ ਤੇ ਦਸਤਖਤ ਕੀਤੇ ਔਰ ਮੈਨੂੰ ਇਹਨਾਂ ਨੇ ਬਹੁਤ ਜ਼ਿਆਦਾ ਮੇਰੇ ਨਾਲ ਕੀਤਾ, ਔਰ ਅਸੀਂ SSP ਸਾਹਿਬ ਕੋਲ ਅੱਜ ਆਏ ਹਾਂ ਤੇ ਇਹੋ ਹੀ ਮੰਗ ਕਰ ਰਹੇ ਹਾਂ ਕਿ ਸਰ ਮੇਰੇ ਨਾਲ ਜੋ ਕੁਛ ਕੀਤਾ ਗਿਆ ਮੈਂ ਆਪਣੀ ਯੂਨੀਅਨ ਆਪਣੇ ਪ੍ਰਧਾਨ ਜੀ ਨੂੰ ਵੀ ਦੱਸਿਆ, ਸੋ ਇੱਥੇ ਪਹੁੰਚੇ ਮੈਂ ਇਨਸਾਫ਼ ਦੀ ਮੰਗ ਕਰਦਾ ਹਾਂ, ਪਹਿਲੀਆਂ ਪਾਰਟੀਆਂ ਮੇਰੀਆਂ ਪਦੀ ਵੀ, ਪਰ ਅਸੀਂ ਇੱਕ ਜ਼ਰੂਰ ਕਹੂੰਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਹੁਤ ਵਧੀਆ ਨੇ, ਬੜਾ ਵਧੀਆ ਕੰਮ ਕਰਦੇ ਨੇ, ਪੱਤਰਕਾਰਾਂ ਨਾਲ ਬੜਾ ਮਿਲ ਕੇ ਰਹਿੰਦੇ, ਹਰ ਕੰਮ ਆਪਣਾ ਆਪਣੇ ਮੀਡੀਆ ਨੂੰ ਬੁਲਾ ਕੇ ਕਰਦੇ ਨੇ, ਸਾਹਮਣੇ ਕਰਦੇ ਨੇ ਕਿ ਇਹ ਚੀਜ਼ ਆ ਨਵੀਂ ਪੇਸ਼ ਕੀਤੀ ਆ, ਆਹ ਵਾ ਲੋਕਾਂ ਦੇ ਹਿੱਤ ਦੀਆਂ ਗੱਲਾਂ ਕਰਦੇ, ਪਰ ਆਹ ਚੀਜ਼ ਜਿਹੜੀ ਚੀਜ਼ ਹੋਈ ਮੇਰੇ ਨਾਲ, ਮੈਂ ਤੇ ਇਹਦਾ ਇਨਸਾਫ਼ ਚਾਹੁੰਦਾ ਹਾਂ। ਹਾਂਜੀ ਭਵਾਲ ਸਾਹਿਬ, ਦਫ਼ਤਰ ਫੋਟੇ ਵਾਸਤੇ ਦੁੱਤਰ, ਕੀ ਗੱਲਬਾਤ ਸਾਰੀ? ਸਾਨੂੰ ਜੀ ਕੱਲ ਵਿਜੇ ਕੁਮਾਰ ਜਿਹੜੇ ਜਗਬਾਣੀ ਦੇ ਸਾਡੇ ਬੜੇ ਸੁਲਝੇ ਹੋਏ ਔਰ 15-20 ਸਾਲ ਤੋਂ ਪੱਤਰਕਾਰ ਨੇ, ਉਹ ਉਹਨਾਂ ਦੇ ਕੋਲ ਨਾਮਵਰ ਚੈਨਲ ਨੇ MH1 ਜਗਬਾਣੀ TV ਔਰ ਬੜੇ ਲੰਮੇ ਸਮੇਂ ਤੋਂ ਕੰਮ ਕਰਦੇ ਆਉਂਦੇ ਨੇ। ਉਹਨਾਂ ਨੂੰ ਜਿਤਨਾ ਵੀ ਅਸੀਂ ਸਾਰੇ ਪੱਤਰਕਾਰ, ਦਿਵਾਲੀ 'ਤੇ ਸੈਪਲੀਮੈਂਟ ਹੁੰਦਾ ਸਾਡਾ ਜਾਂ ਨਵੇਂ ਸਾਲ 'ਤੇ ਸੈਪਲੀਮੈਂਟ ਹੁੰਦਾ ਵਾ, ਉਹ ਅਸੀਂ ਹਰ ਇੱਕ ਤੋਂ ਮੰਗ ਕਰਦੇ ਹਾਂ, ਔਰ ਇਹਨਾਂ ਨੇ ਵੀ ਕਿਤੇ ਉਹਨਾਂ ਨੂੰ ਸੈਪਲੀਮੈਂਟ ਦਾ ਕਹਿ ਹੋਣਾ ਵਾ, ਅਤੇ ਉਹਨਾਂ ਨੇ ਆਪਣੀ ਕੋਈ ਵਿਉਂਤ ਬਣਾ ਕੇ ਅਤੇ ਇਹਨਾਂ ਨੂੰ ਸੱਦਿਆ ਆਪਣੇ ਦਫ਼ਤਰ ਦੇ ਵਿੱਚ ਵੀ ਹੁਣ ਸਾਰੇ ਪੱਤਰਕਾਰ ਆਏ ਆ ਅਤੇ ਤੁਸੀਂ ਵੀ ਆ ਜਾਓ, ਔਰ ਉੱਥੇ ਇਹਨਾਂ ਨੂੰ ਸੱਦ ਕੇ ਇਹਨਾਂ ਦੇ ਨਾਲ ਜਿਹੜੀ ਉਹਨਾਂ ਨੇ ਮਾੜੀ ਹਰਕਤ ਕੀਤੀ ਆ ਕਦੀ ਵੀ ਸਹਿਣ ਨਹੀਂ ਕੀਤੀ ਜਾਊਗੀ। ਇੱਕ ਪੱਤਰਕਾਰ, ਪੱਤਰਕਾਰ ਜਿਹੜਾ ਸਮਾਜ ਦਾ ਚੌਥਾ ਥੰਮ ਆ, ਔਰ ਸਾਡੀ ਯੂਨੀਅਨ ਦੇ ਪੱਤਰਕਾਰ ਨਹੀਂ, ਅਸੀਂ ਸਾਰੀਆਂ ਜਿੰਨੀਆਂ ਵੀ ਯੂਨੀਅਨ ਦੇ, ਇੱਕ ਪੱਤਰਕਾਰ ਭਾਈਚਾਰੇ ਤੌਰ ਤੇ ਕਿਸੇ ਵੀ ਪੱਤਰਕਾਰ ਦੇ ਨਾਲ ਇਹੋ ਜਿਹਾ ਵਰਤੀਰਾ ਆ ਔਰ ਕਦੀ ਵੀ ਬਰਦਾਸ਼ਤ ਨਹੀਂ ਕਰਾਂਗੇ। ਔਰ ਇੱਕ ਮੈਂ ਦੱਸ ਦੇਣਾ ਚਾਹੁੰਦਾ ਵਾਂ ਇਹਨਾਂ ਦੇ PA ਨੂੰ ਵੀ ਔਰ MLA ਸਾਹਿਬ ਨੂੰ, MLA ਸਾਹਿਬ ਇਸ ਤਰ੍ਹਾਂ ਕੁੱਟਮਾਰ ਕਰਕੇ ਜਾਂ ਸਾਨੂੰ ਮਤਲਬ ਨੰਗਿਆਂ ਕਰਕੇ ਸਾਡੀ ਜ਼ਬਾਨ ਬੰਦ ਨਹੀਂ ਹੋਣੀ, ਸੱਚ ਲਿਖਣਾ, ਨਾ ਅਸੀਂ ਹੱਟਣਾ ਜੇ ਅਤੇ ਨਾ ਰੁਕਣਾ ਜੇ। ਤੁਸੀਂ ਕਹਿੰਦੇ ਜੇ ਫਲਾਣੇ ਪੱਤਰਕਾਰ ਦਾ ਨਾ ਲੈ ਕੇ ਵੀ ਅਸੀਂ ਅੱਗੇ ਵੀ ਬੰਦੇ ਮਾਰੇ ਆ, ਸਾਡਾ ਕੁਛ ਨਹੀਂ ਹੋਇਆ, ਕਿ ਇਹਨਾਂ ਨੂੰ ਵੀ ਤੁਹਾਨੂੰ ਦਰਿਆ ਦੇ ਵਿੱਚ ਪਾ ਦੇਣਗੇ, ਮੈਨੂੰ ਕੋਈ ਡਰ ਨਹੀਂ ਜੇ, ਜਿੱਥੇ ਮਰਜ਼ੀ ਜਦੋਂ ਕਹੋਗੇ, ਤੇ ਜੇ ਕਦੇ ਟੇਬਲ ਤੇ ਗੱਲ ਕਰਨੀ ਤਾਂ ਜਾਂ ਜਿਤਨਾ ਵੀ ਤੁਸੀਂ ਗੱਲ ਕਰਨੀ ਆ, ਇਹੋ ਜਿਹਾ ਵਰਤੀਰਾ ਕਦੀ ਸਹਿਣ ਨਹੀਂ ਕਰਾਂਗੇ। ਔਰ ਅਸੀਂ ਨਾ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਬੜੇ ਵਧੀਆ ਕੰਮ ਕਰ ਰਹੇ ਨੇ, ਔਰ ਜਿਹੜੇ ਇਹੋ ਜਿਹੇ ਵਿੱਚ ਇਹਨਾਂ ਦੇ ਲੀਡਰ ਨੇ ਜਿਹੜੇ ਮਾੜੇ ਕੰਮ ਕਰ ਰਹੇ ਨੇ, ਮੈਂ ਭਗਵੰਤ ਸਿੰਘ ਮਾਨ ਜੀ ਨੂੰ ਵੀ ਇਹ ਬੇਨਤੀ ਕਰਾਂਗਾ ਕਿ ਜੇ ਪੱਤਰਕਾਰਾਂ ਦਾ ਇਹ ਹਾਲ ਹੋ ਗਿਆ ਤੇ 2024 ਜਿਹੜੀ ਆ ਉਹ ਦੂਰ ਨਹੀਂ ਗਈ, ਅਸੀਂ ਤੁਹਾਡਾ ਇਲੈਕਸ਼ਨ ਦੇ ਵਿੱਚ ਰੱਜ ਕੇ ਬਾਈਕਾਟ ਕਰਾਂਗੇ, ਔਰ ਜਿਹੜੀਆਂ ਤੁਹਾਡੀਆਂ ਉਹ ਜਿਹੀਆਂ ਮਾੜੀਆਂ ਹਰਕਤਾਂ ਉਹ ਜੱਗ ਜ਼ਾਹਰ ਕਰਾਂਗੇ। ਕਦੀ ਬਰਦਾਸ਼ਤ ਨਹੀਂ ਕੀਤਾ ਜਾਊਗਾ ਕਿਸੇ ਵੀ ਪੱਤਰਕਾਰ ਦੇ ਉੱਤੇ ਕੋਈ ਇਹੋ ਜਿਹਾ ਤਸ਼ੱਦਦ ਕੀਤਾ ਜਾਵੇ। ਅਸੀਂ SSP ਸਾਹਿਬ ਨੂੰ ਮਿਲੇ ਹਾਂ ਉਹਨਾਂ ਤੋਂ ਟਾਈਮ ਲੈ ਕੇ, ਔਰ ਜਿਹੜੀ ਦਰਖਾਸਤ ਹੈ ਜਿਹੜਾ ਇਹਨਾਂ ਦੇ ਨਾਲ ਉਹਨਾਂ ਨੇ ਕੁੱਟਮਾਰ ਕੀਤੀ ਆ ਔਰ ਜਿਹੜੇ ਨਜਾਇਜ਼ ਹਥਿਆਰ ਲਈ ਫਿਰਦੇ ਆ, ਇੱਕ ਮੈਂ SSP ਸਾਹਿਬ ਨੂੰ ਇਹ ਬੇਨਤੀ ਕੀਤੀ ਆ ਕਿ ਆ ਜਿਹੜਾ ਕੋਮਲਪ੍ਰੀਤ ਸਾਂਝ ਲਈ ਫਿਰਦਾ, ਇਹਦੇ ਕੋਲ ਕਿੰਨੇ ਅਖਤਿਆਰ ਦਿੱਤਾ, ਕਿੰਨੇ ਇਹਨੂੰ ਲਾਇਸੈਂਸ ਦਿੱਤਾ ਉਹ ਸਾਂਝ ਰੱਖਣ ਦਾ, ਔਰ ਇਹਦੀ ਜਿਹੜੀ ਆ ਡੂੰਘਾਈ ਦੇ ਨਾਲ ਜਾਂਚ ਹੋਣੀ ਚਾਹੀਦੀ ਆ। SSP ਸਾਹਿਬ ਨੇ ਸਾਨੂੰ ਵਿਸ਼ਵਾਸ ਦਵਾਇਆ ਵਾ ਕਿ ਇਹ ਜਿਹੜੀ ਆ ਬਰੀਕੀ ਦੇ ਨਾਲ ਜਾਂਚ ਕਰਕੇ ਜਿਹੜੇ ਦੋਸ਼ੀ ਪਾਏ ਜਾਣਗੇ ਉਹਨਾਂ ਦੇ ਉੱਤੇ ਬਣਦੀ ਕਾਰਵਾਈ ਕੀਤੀ ਜਾਏਗੀ। ਜੇ ਅਸੀਂ ਇਹਨਾਂ ਨੂੰ ਇੱਕ ਹਫ਼ਤੇ ਦਾ ਟਾਈਮ ਦਿੱਤਾ ਪ੍ਰਸ਼ਾਸਨ ਨੂੰ, ਇੱਕ ਹਫ਼ਤੇ ਦੇ ਵਿੱਚ ਵਿੱਚ ਇਹਦੀ ਇਨਕੁਆਇਰੀ ਕਰਕੇ ਤੇ ਇਹਨਾਂ ਦੇ ਉੱਤੇ ਪਰਚਾ ਦਰਜ ਕੀਤਾ ਜਾਵੇ ਜਿਨ੍ਹਾਂ ਨੇ ਕੰਮ ਕੀਤਾ ਵਾ, ਔਰ MLA ਸਾਹਿਬ ਦੀ MLA ਜਿਹੜੀ ਰੱਦ ਕੀਤੀ ਜਾਵੇ। ਅਗਰ ਜੇ ਕੋਈ ਕਾਨੂੰਨੀ ਕਾਰਵਾਈ ਉਹਨਾਂ ਦੇ ਉੱਤੇ ਨਹੀਂ ਹੁੰਦੀ ਤਾਂ ਅਸੀਂ ਇਹ ਸੰਘਰਸ਼ ਨੂੰ ਪੰਜਾਬ ਲੈਵਲ ਦੇ ਉੱਤੇ ਲੈ ਕੇ ਜਾਵਾਂਗੇ। ਇਹ ਪੱਤਰਕਾਰ ਵਿਜੇ ਕੁਮਾਰ ਆ MH1 ਜਗਬਾਣੀ ਚੈਨਲ ਤੋਂ, ਇਹਨਾਂ ਦੇ ਕਸ਼ਮੀਰ ਸਿੰਘ ਸੋਹਲ MLA ਜਿਹੜੇ ਉਹਨਾਂ ਦੇ PA ਨੇ,
ਇਹਨਾਂ ਨੂੰ ਘਰ ਬੁਲਾ ਕੇ ਇਹਨਾਂ ਨਾਲ ਕੁੱਟਮਾਰ ਕੀਤੀ, ਜਿਹਦੇ ਸੰਬੰਧ 'ਚ ਅਸੀਂ ਅੱਜ ਇੱਥੇ SSP ਦਫ਼ਤਰ ਦਰਖਾਸਤ ਦੇਣ ਆਏ ਸੀ ਅਤੇ SSP ਸਾਹਿਬ ਨੇ ਭਰੋਸਾ ਦਵਾਇਆ ਕਿ ਜੋ ਜਿਹੜੇ ਦੋਸ਼ੀ ਆ ਉਹਨਾਂ ਜਲਦ ਤੋਂ ਜਲਦ ਬਣਦੀ ਕਾਰਵਾਈ ਕੀਤੀ ਜਾਊਗੀ। ਪਰ ਅਸੀਂ ਇਹ ਅਲਟੀਮੇਟਮ ਦਿੱਤਾ ਵਾ ਪ੍ਰਸ਼ਾਸਨ ਨੂੰ ਕਿ ਜੇ ਹਫ਼ਤੇ ਦੇ ਵਿੱਚ ਇਹਨਾਂ ਦੇ ਉੱਤੇ ਕੋਈ ਵੀ ਕਾਰਵਾਈ ਨਾ ਕੀਤੀ ਗਈ ਤਾਂ ਅਸੀਂ ਪੰਜਾਬ ਲੈਵਲ 'ਤੇ ਜਿਹੜਾ ਸੰਘਰਸ਼ ਵਿੱਢਾਂਗੇ ਅਤੇ ਪੱਤਰਕਾਰ ਭਾਈਚਾਰਾ ਜਿਹੜਾ ਵਾ ਉਹ ਇੱਕ ਆ ਅਤੇ ਆਪਣੇ ਕਿਸੇ ਵੀ ਪੱਤਰਕਾਰ ਉੱਪਰ ਅਸੀਂ ਇਹੋ ਜਿਹਾ ਕੋਈ ਤਸ਼ੱਦਦ ਜਾਂ ਕੋਈ ਕੁੱਟਮਾਰ ਬਰਦਾਸ਼ਤ ਨਹੀਂ ਕਰਾਂਗੇ। ਇੰਨੇ ਗੱਲ ਅੱਜ ਮੇਰੇ ਕੋਲ ਜੀ ਵਿਜੇ ਕੁਮਾਰ ਪ੍ਰੈਸ ਰਿਪੋਰਟਰ ਹੈਗੇ ਆ MH1 ਚੈਨਲ ਤੋਂ, ਉਹਨਾਂ ਨੇ ਇੱਕ ਦਰਖਾਸਤ ਦਿੱਤੀ ਹੈ ਕੋਮਲਪ੍ਰੀਤ ਅਤੇ ਪ੍ਰਦੀਪ ਦੋ ਜਣਿਆਂ ਦੇ ਖਿਲਾਫ਼ ਜਿਹੜੇ ਕਥਿਤ ਤੌਰ 'ਤੇ PA ਕਹਿੰਦੇ ਹੈ ਲੋਕਲ MLA ਸਬੰਧ ਦੇ, ਵੀ ਉਹਨਾਂ ਨੇ ਮੇਰੇ ਨਾਲ ਮਾਰਕੁੱਟ ਕੀਤੀ, ਉਹਦੇ ਸੰਬੰਧ 'ਚ SPH ਸਾਹਿਬ ਨੂੰ ਇਨਕੁਆਇਰੀ ਮਾਰ ਕਰਤੀ ਹੈ, ਪੂਰਾ ਨਿਰਪੱਖ ਹੋ ਕੇ ਉਹਦੀ ਜਾਂਚ ਹੋਊਗੀ, ਜੋ ਵੀ ਜਿਸਦੀ ਦੋਸ਼ੀ ਹੋਏ ਉਹਨਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾਊ। ਜੀ ਸਰ, ਕੋਈ ਸਮਾਂ ਸੀਮਾ ਵੀ ਰੱਖੀ ਹੈ ਕਿੰਨੇ ਚਿਰ ਤੱਕ ਇਹਨਾਂ ਦੇ ਮਤਲਬ ਇਹ ਕਾਰਵਾਈ ਕਰ ਦਿੱਤੀ ਜਾਏਗੀ? ਦੇਖੋ ਤਾਂ ਜੋ ਵੀ ਜਿੰਨਾ ਵੀ ਘੱਟ ਤੋਂ ਘੱਟ ਟਾਈਮ, ਮੈਂ ਉਹਨਾਂ ਨੂੰ ਕਿਹਾ 10 ਦਿਨ ਦੇ ਵਿੱਚ ਸਾਰੀ ਇਨਕੁਆਇਰੀ ਕੰਪਲੀਟ ਕਰ ਦੇਣਗੇ ਉਹ। ਸਰ ਕਿਵੇਂ ਦੇਖਦੇ ਹੋ ਜਿੱਦਾਂ ਸਮਾਜ ਦਾ ਚੌਥਾ ਥੰਮ ਪੱਤਰਕਾਰ ਨੂੰ ਜਾਂਦਾ ਵਾ, ਇੱਕ ਤਾਂ ਪੱਤਰਕਾਰ ਨੂੰ ਸਰ ਜਿਹੜਾ ਪੱਤਰਕਾਰ ਲੋਕਾਂ ਦੀਆਂ ਸਮੱਸਿਆ ਨੂੰ ਉਜਾਗਰ ਕਰਦਾ, ਅੱਜ ਉਹਦੇ 'ਤੇ ਸਰ ਇਸ ਬਾਰੇ ਕੁੱਟਮਾਰ ਹੋ ਰਹੀ ਹੈ? ਦੇਖੋ ਤਾਂ ਕਿਸੇ ਨੂੰ ਵੀ ਇਖਤਿਆਰ ਨਹੀਂ ਹੈ ਕਿਸੇ ਦੇ ਨਾਲ, ਉਹ ਕੋਈ ਵੀ ਚਾਹੇ ਕੋਈ ਸਾਡਾ ਮੁਲਾਜ਼ਮ ਵੀ ਹੈ, ਉਹ ਵੀ ਹਰੇਕ ਦੇ ਜਿਹੜੇ ਹੱਕ ਹਦੂਦ ਜੋ ਕੌਂਸਟੀਟਿਊਸ਼ਨ ਨੇ ਦਿੱਤੇ ਉਹ ਸਾਰਿਆਂ ਲਈ ਬਰਾਬਰ ਹੈ। ਪਰ ਇਹੋ ਜਿਹੀ ਘਟਨਾ ਨਹੀਂ ਵਾਪਰਨੀ ਚਾਹੀਦੀ, ਜੇ ਵਾਪਰੀ ਹੈ ਉਹਦੀ ਤਸਦੀਕ ਸਾਰੀ ਕਰਕੇ ਜੋ ਕਾਨੂੰਨੀ ਕਾਰਵਾਈ ਬਣਦੀ ਹੋਊਗੀ ਉਹ ਅਮਲ ਵਿੱਚ ਲਿਆਂਦੀ ਜਾਊਗੀ।